ਬੰਦਾ ਸਿੰਘ ਬਹਾਦਰ ਦੇ ਪੈਰਾਂ ਥੱਲੇ ਅੱਗ ਬਲਦੀ ਆ ਕਿ ਹੱਦ ਹੋ ਗਈ ਲੜਨ ਤੇ ਆ ਯਾਰ ਜੇ ਤੂੰ ਨਹੀਂ ਕਰੇਂਗਾ ਤਾਂ ਕੌਣ ਕਰੇਗਾ ਅੰਦਰੋਂ ਮਰਦੀ ਨਹੀਂ ਇਸੇ ਕਰਕੇ ਆਖਰੀ ਦਮ ਤੱਕ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਨਾ ਕਿ ਲੈ ਜੀ ਬੰਦਾ ਸਿੰਘ ਬਹਾਦਰ ਮਹਾਨ ਸੀ ਕਿਉਂ ਕਿਉਂਕਿ ਉਹਦੇ ਬੱਚੇ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ ਮੈਂ ਉਸ ਦਿਨ ਵੀ ਪੁੱਛਿਆ ਸੀ ਗੁਰਨਾਨਕ ਦੇ ਬੱਚਿਆਂ ਦਾ ਨਹੀਂ ਪਾਇਆ ਫਿਰ ਕੀ ਕਹੂੰਗਾ ਅਗਲਾ ਪੁੱਛੂਗਾ ਫਿਰ ਉਹ ਮਹਾਨ ਨਹੀਂ ਗੁਰੂ ਅੰਗਦ ਦੇ ਤਾਂ ਨਹੀਂ ਪਾਇਆ ਉਹ ਮਹਾਨ ਨਹੀਂ ਫਿਰ ਉਗਲਾ ਕਹੂਗਾ ਹੱਦ ਹੋ ਗਈ ਯਾਰ ਜਦੋਂ ਜਦੋਂ ਸ਼੍ਰੀ ਚੰਦ ਵੱਡਾ ਹੁੰਦਾ ਆ ਤੁਹਾਡੇ ਬੱਚੇ ਵੱਡੇ ਹੁੰਦੇ ਗੁਰੂ ਸਾਹਿਬ ਦੇ ਉਹ ਤਾਂ ਬਾਗੀ ਹੋ ਗਿਆ ਹੈ ਹੈ 4 ਸਾਲ ਦੇ ਬੱਚੇ ਕੋਲ ਆਪਸ਼ਨ ਕੀ ਸੀ 4 ਸਾਲ ਦੇ ਬੱਚੇ ਕੋਲ ਬਾਗੀ ਹੋਣ ਦੀ ਆਪਸ਼ਨ ਸੀ ਉਸ ਵੇਲੇ ਕਿਦਾਂ ਸੋਚ ਲੈਂਦਾ ਉਹ ਕਰਦਾ ਵੀ ਕੀ ਉਹ ਪ੍ਰਥੀਜੰਦ ਜਦੋਂ ਰਾਮਰਾਏ ਹੁੰਦਾ ਅਗਲਾ ਤਾਂ ਜਾ ਕੇ ਬਾਦਸ਼ਾਹ ਦੀ ਝੋਲੀ 'ਚ ਬਹਿ ਜਾਂਦਾ ਫਿਰ ਤੁਹਾਡੇ ਕੋਲ ਕੀ ਜਵਾਬ ਕੀ ਕਹਾਂਗੇ ਅਸੀਂ ਨਹੀਂ ਇਸ ਕਰਕੇ ਉਹ ਘਟਨਾਵਾਂ ਆਮ ਹੋਈਆਂ ਆਮ ਰਹਿਣ ਦੀ ਉਹਨਾਂ ਨੇ ਠੀਕ ਹੈ ਮਸਲਾ ਇਹ ਆ ਗੱਲ ਸਿਰਫ ਇੰਨੀਆਂ ਜਿਹੜੀ ਅੰਦਰ ਅੱਗ ਦੀ ਪੱਠੀ ਆ ਨਾ ਜਿਹੜੀ ਉਹ ਤਿਆਰ ਹੋਈ ਆ ਉਹ ਜਦੋਂ ਜਿੱਥੋਂ ਸ਼ੁਰੂ ਹੋਈ ਆ 20 30 ਤੋਂ ਸ਼ੁਰੂ ਹੋਈ ਆ ਇਹਦਾ ਉਹ ਮਗਦੀ ਜਾ ਰਹੀ ਪਖਦੀ ਜਾ ਰਹੀ ਆ ਆਖਰੀ ਟਾਈਮ ਤੇ ਉਹ ਜੋ ਵੀ ਕਹਿਣਾ ਚਾਹੁੰਦਾ ਨਾ ਉਹ ਫੇ ਤੇਰਾ ਆ ਬਗੜ ਦੂੰ ਤੇਰਾ ਆ ਬਗੜ ਦੂੰ ਤੇਰਾ ਆ ਬਗੜ ਦੂੰ ਕਹਿੰਦੇ ਜੋ ਜੋ ਹੁੰਦਾ ਕਰਕੇ ਦੇਖ ਲਾ ਤੂੰ ਤੈਨੂੰ ਪਤਾ ਨਹੀਂ ਸਾਡਾ ਅਸੀਂ ਕੌਣ ਆ بس ਉਹ ਜਿਹੜੀ ਨਿਡਰਤਾ ਆ ਨਾ ਜਿਹੜੀ ਉਹ ਦ੍ਰਿੜਤਾ ਆ ਜਿਹੜੀ ਅੰਦਰਲੀ ਆਗਿਆ ਜਿਹੜੀ ਰੁਕਣ ਨਹੀਂ ਦਿੰਦੀ ਜਿਹੜੀ ਝੁਕਣ ਨਹੀਂ ਦਿੰਦੀ ਉਹ ਹੀ ਬਾਕੀਆਂ ਨੂੰ ਪ੍ਰੇਰਣਾ ਦਿੰਦੀ ਆ ਫਿਰ ਜਦੋਂ ਉਹ ਹੀ ਗੱਲ ਬਖਰੀ ਆ ਕਿ ਟਾਈਮ ਟਾਈਮ ਤੇ ਜਾ ਕੇ ਉਬਾਲਾ ਕਈਆਂ ਦੇ इमोਸ਼ਨ ਹੁੰਦੇ ਆ ਸਿਰਫ ਦਿਮਾਗ ਦਾ ਪੱਧਰ ਉੱਥੇ ਤੱਕ ਵਿਕਸਿਤ ਨਹੀਂ ਹੋਇਆ ਹੁੰਦਾ ਆਪਣੇ ਆਪ ਨੂੰ ਕਸ਼ਟ ਦੇਣ ਲਈ ਤਿਆਰ ਨਹੀਂ ਹੁੰਦੇ ਤਿਆਗ ਦੀ ਭਾਵਨਾ ਜਿਹੜੀ ਆ ਕੁਰਬਾਨੀ ਦੀ ਭਾਵਨਾ ਜਿਹੜੀ ਆ ਉਹ ਉਸ ਪੀਕ ਤੱਕ ਨਹੀਂ ਪਹੁੰਚੀ ਹੁੰਦੀ ਜਿੱਥੇ ਵਿਚਾਰ ਆਇਆ ਹੁੰਦਾ ਆ ਬਸ ਵਿਚਾਰ ਨੂੰ ਬਾਲੇ ਜੈਨੂ ਲੈ ਕੇ ਤੁਰ ਪੈਂਦੇ ਆ ਹੈ ਨਾ ਉਹ ਉਨਾਂ ਕੋ ਖਾਤਾ ਹੁੰਦਾ ਆ ਜਦੋਂ એનર્ਜੀ ਇੰਨੀ ਕਈ ਵਾਰ ਅੰਦਰਲੀ એનર્ਜੀ ਨੂੰ ਬਚਾਉਣ ਦੇ ਲਈ ਜਿਹੜੀ ਸਹਿਣਸ਼ੀਲਤਾ ਇੱਕ ਅਸੀਂ ਸਾਖੀ ਸੁਣਾਉਣੀ ਆ ਨਾ ਇਤਿਹਾਸ ਦੀ ਕਿ ਜਦੋਂ ਗੁਰਤੇਗ ਬਹਾਦਰ ਜੀ ਨੂੰ ਇਦਾਂ ਉਹ ਲੱਗੇ ਤੇ ਤੇ ਭਾਈ ਮਤੀ ਦਾਸ ਨੇ ਕਿਹਾ ਕਿ ਕੋਈ ਹੁਕਮ ਕਰਦੇ ਉਹਨਾਂ ਦਿੱਲੀ ਨਾ ਦਿੱਲੀ ਦੀ ਐਟਮਾਈਟ ਖੜਕਾ ਦਿਆ ਤੇ ਗੁਰੂ ਸਾਹਿਬ ਕਹਿੰਦੇ ਸਾਡੇ ਚ ਹਿੰਮਤ ਹੈ ਨਹੀਂ ਭਾਈ ਤੇਰੇ ਚ ਹੈਗੀ ਤੂੰ ਕਰ ਦੇ ਉਹ ਘਟਨਾ ਹੋਈ ਜਾਂ ਨਹੀਂ ਹੋਈ ਪਰ ਗੱਲ ਇਹ ਆ ਜਿਹੜਾ ਅੰਦਰਲੀ એનર્ਜੀ ਨੂੰ ਬਚਾਉਣ ਦੇ ਲਈ ਉਹਨੂੰ ਵਧਾਉਣ ਦੇ ਲਈ ਲੈ ਕੇ ਬੈਠਾ ਹੈ ਨਾ ਉਹ ਸ਼ਾਂਤ ਹੋ ਕੇ ਬੈਠੂਗਾ ਉਹ ਸਰੀਰ ਦੇ ਉੱਤੇ એનર્ਜੀ ਨਹੀਂ ਨਹੀਂ ਲਾਊਗਾ ਉਹਨੂੰ ਪਤਾ ਆ ਕਿ ਮੇਰੇ ਕਰਨ ਯੋਗ ਕੀ ਆ ਅੰਜੀ ਆਪਣੇ ਕਰਨਯੋਗ ਨੂੰ ਮੈਂ ਕਰੂੰਗਾ ਤੇ ਮੇਰੀ ਸ਼ਕਤੀ ਉਨਿੰਕ ਲੱਗੂਗੀ ਜਿੰਨੀ ਕੁ ਲੋੜ ਆ ਜਿਹੜਾ ਮੇਰੇ ਕਰਨਯੋਗ ਨਹੀਂ ਹੈਗਾ ਜੇ ਮੈਂ ਉਹਨੂੰ ਕਰਨ ਲੱਗਾ ਤਾਂ ਅੰਦਰੇ ਸ਼ਕਤੀ ਤਾਂ ਬਹੁਤ ਜ਼ਿਆਦਾ ਲੱਗ ਜਾਣੀ ਆ ਉਹ ਖਰਿਆ ਹੋਵੇ ਜਾਂ ਨਾ ਹੋਵੇ ਮੇਰੇ ਕੋਲ ਕਾਲੀ ਉਹ ਕਹਿੰਦੇ ਨਾ ਕਹਿੰਦੇ ਕਾਲੀ ਤਾਂ ਕਰਨੀ ਚਾਹੀਦੀ ਆ ਜੇ ਪਹਿਲਾਂ ਕਾਲੀ ਕਰਨ ਦਾ ਬਹੁਤ ਜ਼ਿਆਦਾ ਤਜਰਬਾ ਆ ਨਹੀਂ ਤਾਂ ਕਾਲੀ ਨਾਲ ਕੀਤੇ ਹੋਏ ਕੰਮ ਨੂੰ ਦੁਬਾਰਾ ਕਰਨਾ ਪੈਂਦਾ ਫਿਰ ਦੁਬਾਰਾ ਕਰਨਾ ਪੈਂਦਾ ਫਿਰ ਤੋਂ ਕਰਨਾ ਪੈਂਦਾ ਜਰੂਰੀ ਨਹੀਂ ਹੈਗਾ ਦੁਬਾਰਾ ਦੁਬਾਰਾ ਕੀਤਾ ਗਿਆ ਕੰਮ ਸਫਲ ਹੋ ਜਾਏ ਨਹੀਂ ਕਈ ਵਾਰ ਅੰਦਰੋਂ ਤੁਹਾਡੇ ਜਜ਼ਬਾ ਹੀ ਮਰ ਜਾਂਦਾ ਦੁਬਾਰਾ ਕਰਨ ਦੇ ਨਾਲ ਉਹ ਪਹਿਲਾਂ ਵਾਲਾ ਪੈਸ਼ਨ ਨਹੀਂ ਰਹਿੰਦਾ ਬੂਰੀਅਤ ਆਉਣ ਲੱਗ ਪੈਂਦੀ ਹੈ ਜਦੋਂ ਤੁਸੀਂ ਪਹਿਲੀ ਅਟੈਂਪਟ ਦੇ ਵਿੱਚ ਸਫਲ ਹੋ ਜਾਂਦੇ ਆ ਠੀਕ ਉਦੋਂ ਦੂਜੀ ਦੂਜਾ ਕਾਰਜ ਕਰਨ ਲੱਪੇ ਨੇ ਫੇਰ ਅਗਲਾ ਕਰਨ ਲੱਪੇ ਨੇ ਫੇਰ ਅਗਲਾ ਕਰਨ ਲੱਪੇ ਨੇ ਠੀਕ ਉਤਸ਼ਾਹ ਬਣਿਆ ਰਹਿੰਦਾ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਜਿਸ ਵੀ ਐਂਗਲ ਤੋਂ ਜ਼ਿੰਦਗੀ ਨੂੰ ਦੇਖਣਾ ਆ ਉਹ ਸਾਡੇ ਆਪਣੇ ਵਾਸਤੇ ਆ ਜੋ ਗੁਰੂ ਪਾਸ਼ਾ ਦੇ ਕੇ ਗਏ ਆ ਨਾ ਸਾਨੂੰ ਜੋ ਸਮਝਾਉਣਾ ਚਾਹੁੰਦੇ ਆ ਉਹ ਕੁਝ ਐਦਾਂ ਨਹੀਂ ਹੈਗਾ ਕਿ ਇਤਿਹਾਸ ਨੇ ਦੁਬਾਰਾ ਰਿਪੀਟ ਕਰਨਾ ਆ ਫੇਰ ਇਦਾਂ ਕੋਟੇ ਲਾ ਲਓ ਤੁਸੀਂ ਤੁਸੀਂ ਇਤਿਹਾਸ ਦੀਆਂ ਸਾਕਸ਼ੀਆਂ ਸੁਣਾਓ ਤਾਂ ਸਾਬ ਜਿਆਦੇ ਬਣ ਲੱਪਣਗੇ ਬੱਚੇ ਨਹੀਂ ਯਾਰ ਉਹ اندرੋਂ ਫੁੱਟਣਾ ਹੈ ਤੁਹਾਡੇ ਹੋ ਸਕਦਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਤਨੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਗੁਰੂ ਅਮਰਦਾਸ ਜੀ ਦੀ ਪਤਨੀ ਚੌਥੇ ਪਾਤਸ਼ਾਹ ਦੀ ਪਤਨੀ ਉਹਨਾਂ ਨੇ ਸੋਚਿਆ ਨਹੀਂ ਹੋਊਗਾ ਕਿ ਜੋ ਪਤੀ ਆ ਇਦਾਂ ਬਾਦਸ਼ਾਹਾਂ ਦੇ ਲੈਵਲ ਦੇ ਉੱਤੇ ਬਹਿਣੇ ਵਾਲਾ ਸਾਰਾ ਕੁਝ ਕਰਨੇ ਵਾਲਾ ਵੀ ਮੈਂ ਘਰ 'ਚ ਬੱਚਿਆਂ ਨੂੰ ਪਾਲ ਰਹੀ ਆ ਮੈਂ ਕੋਸ਼ਿਸ਼ ਕਰਾਂ ਬੱਚੇ ਉਦਾਂ ਦੇ ਹੋਣ ਚਾਹਿਆ ਨਾ ਹੋਊਗਾ ਉਹਨਾਂ ਨੇ ਅਸੀਂ ਤਾਂ ਇੰਨਾ ਕਹਿ ਕੇ ਛੱਡ ਦਿੰਨੇ ਆ ਕਿ ਗੁਰੂ ਰਾਨਕ ਪਾਸ਼ਾ ਪ੍ਰਚਾਰ ਕਰਦੇ ਰਹੇ ਤੇ ਲੋਕਾਂ ਦੇ ਬੱਚੇ ਸੁਖੀ ਹੋ ਜਾਣ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਉਹਨੇ 10ਵੇਂ ਪਾਸ਼ਾ ਤੱਕ ਆਉਂਦਿਆਂ ਆਉਂਦਿਆਂ ਤੇ ਫਿਰ ਉਹ ਉਹ ਸਿੱਖਿਆ ਜਿਹੜੀ ਆ ਇੰਨੀ ਵੱਧ ਗਈ ਪਿਓ ਬੱਚੇ ਸਫਲ ਹੋ ਗਏ ਨਹੀਂ ਇਦਾਂ ਨਹੀਂ ਹੁੰਦਾ ਸਾਰਾ ਕੁਝ ਕੋਇਨਸੀਡੈਂਟਲੀ ਹੁੰਦਾ ਹੈ ਅਚਾਨਕ ਵਾਪਰਦਾ ਹੈ ਕੋਈ ਸਿੱਖਿਆ ਦੇਣ ਦੇ ਨਾਲ ਕੁਝ ਨਹੀਂ ਹੁੰਦਾ ਭਾਈ ਲੈਣਾ ਜੀ ਨੇ ਕਿਤੇੋਂ ਕੋਈ ਸਿੱਖਿਆ ਨਹੀਂ ਲਈ ਉਹ ਸੰਭਾਵਨਾ ਸਾਰਿਆਂ ਦੇ ਅੰਦਰ ਆ ਬਸ ਇੱਕ ਸ਼ਿਣ ਪਲ ਹੁੰਦਾ ਆ ਇੱਕ ਪਲ ਜਿਹੜਾ ਆ ਉਹ ਸਾਂਭਿਆ ਗਿਆ ਤੇ ਤੁਸੀਂ ਵਫਾਦਾਰ ਸਾਬਤ ਹੋ ਗਏ ਠੀਕ ਆ ਉੱਥੇ ਥੜਕ ਗਏ ਤੁਸੀਂ ਕਿਸੇ ਕੋਲੋਂ ਵਿਚਾਰ ਹੋਰ ਤਰੀਕੇ ਨਾਲ ਆ ਗਿਆ ਤੇ ਤੁਸੀਂ ਗਦਾਰਾਂ ਦੀ ਲਿਸਟ ਵਿੱਚ ਆ ਗਏ ਕੋਈ ਉਹਦਾ ਫਾਰਮੂਲਾ ਨਹੀਂ ਹੈਗਾ ਇਹ ਫਾਰਮੂਲਾ ਹੁੰਦਾ ਸਿਆਣੇ ਲੋਕ ਤਾਂ ਫਿਰ ਉਹ ਸਾਰੇ ਫਾਰਮੂਲੇ ਜਨਾ ਕੇ ਬਾਦਲ ਹੁਣਾਂ ਦੇ ਕੋਲ ਟਿਊਸ਼ਨਾਂ ਪੜਾਉਣ ਦੇ ਲਈ ਬੱਚਿਆਂ ਨੂੰ ਸਖਵੀਰ ਨੂੰ ਤਾਂ ਉਹ ਇਦਾਂ ਦਾ ਸੂਰਮਾ ਬਣਾ ਕੇ ਪੈਦਾ ਕਰਨਾ ਸੀ ਫੇ ਗੱਲ ਵੀ ਕਰਦਾ ਸੀ ਇਹਦੀ ਸਾਰਾ ਕੁਝ ਕਰਦਾ ਨਹੀਂ ਇਦਾਂ ਨਹੀਂ ਹੁੰਦਾ ਫਾਰਮੂਲਿਆਂ ਨਾਲ ਇਨਕਲਾਬ ਨਹੀਂ ਹੁੰਦੇ ਫਾਰਮੂਲਿਆਂ ਨਾਲ ਯੋਧੇ ਨਹੀਂ ਬਣਦੇ ਇਹ ਮੈਥ ਨਹੀਂ ਹੈ ਜ਼ਿੰਦਗੀ ਮੈਥ ਨਹੀਂ ਹੈ ਇਸੇ ਕਰਕੇ ਕਹੀਦਾ ਆ ਪਿੰਨੀ ਧਰਤੀ ਦੇ ਉੱਤੇ ਜਿੰਨੇ ਅਸੀਂ ਪੈਦਾ ਹੋਏ ਆ ਸਾਰੇ ਆਮ ਆ ਗੁਰੂ ਸਾਹਿਬ ਵੀ ਆਮ ਇਨਸਾਨ ਹੋਇਆ ਬਕਵਾਸ ਕਰਦੇ ਆ ਲੋਕ ਉਹ ਧੱਕਾ ਕਰਦੇ ਗੁਰੂ ਸਾਹਿਬ ਦੇ ਨਾਲ ਡੱਗੇਵਾਜ ਹੋਣਗੇ ਉਹ ਧੋਖੇਵਾਜ ਹੋਣਗੇ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਕਲੰਕਿਤ ਕਰਨਾ ਚਾਹੁੰਦੇ ਆ ਜਿਹੜੇ ਇਹ ਕਹਿੰਦੇ ਆ ਕਿ ਉਹ ਪੈਗੰਬਰ ਸੀ ਅਵਤਾਰ ਸੀ ਖਾਸ ਸੀ ਰੱਬ ਦੇ ਕੋਲੋਂ ਆਏ ਨਹੀਂ ਕੋਈ ਕਿਸੇ ਬਈ ਨਦੀ ਚ ਜਾ ਕੇ ਕੁਝ ਸਿੱਖਿਆ ਨਹੀਂ ਲੈ ਸਕਦਾ ਝੂਠ ਬੋਲਦੇ ਆ ਕਿੱਤੇ ਰੱਬ ਨਹੀਂ ਬੈਠਾ ਕਿਤੇ ਉਹ ਇਦਾਂ ਦੇ ਨਹੀਂ ਇਦਾਂ ਟੀਕੇ ਨਹੀਂ ਲਾ ਸਕਦਾ ਨਹੀਂ ਤਾਂ ਜਦੋਂ ਗੁਰੂ ਸਾਹਿਬ ਕਹਿੰਦੇ ਉਹ ਨਰਵੈਰ ਆ ਜਦੋਂ ਗੁਰੂ ਸਾਹਿਬ ਕਹਿੰਦੇ ਆ ਉਹ ਨਰਪਾਉ ਆ ਜਦੋਂ ਕਹਿੰਦੇ ਦਿਆਲੂ ਆ ਕਿਰਪਾਲੂ ਆ ਉਹ ਜਿਹੜਾ ਆਪ ਬਣਾ ਰਿਹਾ ਯਾਰ ਉਹ ਗਦਾਰ ਕਿਉਂ ਪੈਦਾ ਕਰੂਗਾ ਉਹ ਬੇਈਮਾਨ ਕਿਉਂ ਪੈਦਾ ਕਰੂਗਾ ਉਹ ਗੁੰਡਿਆਂ ਨੂੰ ਕਿਉਂ ਧਰਤੀ ਦੇ ਉੱਤੇ ਭੇਜੂਗਾ ਉਹ ਤਾਂ ਉਹ ਤਾਂ ਹੱਦ ਹੋ ਗਈ ਪਹਿਲਾਂ ਉਹ ਪੈਦਾ ਕਰ ਰਿਆ ਇੰਨੀ ਮਿਹਨਤ ਕਰਕੇ ਠੀਕ ਹੈ ਫਿਰ ਫਿਰ ਉਹਦੇ ਉਹਦੇ ਕਹਿਣੇ ਤੋਂ ਬਾਹਰ ਜਾ ਕੇ ਕੋਈ ਗੁੰਡਾ ਬਣ ਜਾਂਦਾ ਹੈ ਫਿਰ ਲੋਕਾਂ ਨੂੰ ਅਰਦਾਸਾਂ ਕਰਨੀਆਂ ਪੈਂਦੀਆਂ ਫਿਰ ਉਹਨੂੰ ਹੋਰ ਬਦਦਾ ਸੁਧਾਰ ਲਈ ਭੇਜਣਾ ਪੈਂਦਾ ਧਰਤੀ ਦੇ ਉੱਤੇ ਕਿਹੋ ਜਿਹੀ ਥਿਊਰੀ ਆ ਇਹ ਸਾਰਿਆਂ ਨੂੰ ਪੰਜਾਬ ਪੁਲਿਸ ਦਾ ਜਿਹੜਾ ਇੰਡੀਆ ਦੀ ਪੁਲਿਸ ਦਾ ਸਿਸਟਮ ਆ ਉਹ ਸਾਰੇ ਦਾ ਸਾਰਾ ਅਸੀਂ ਧਰਮ ਦੇ ਉੱਤੇ ਲਾਗੂ ਕਰਕੇ ਉਦਾਂ ਦਾ ਰੱਬ ਬਣਾ ਕੇ ਰੱਖ ਦਿੱਤਾ ਅਸੀਂ ਨਹੀਂ ਤਾਂ ਜਿੱਦਣ ਗੇਟ ਵਿੱਚ ਆਈ ਸਾਨੂੰ ਪਤਾ ਲੱਗ ਜਾਣਾ ਕਿ ਕੱਖ ਨਹੀਂ ਇਦਾਂ ਦਾ ਹੈਗਾ ਠੀਕ ਹੈ ਸਾਰਾ ਕੁਝ ਸਹਿਬੰਗ ਹੋਇਆ ਆਪਣੇ ਆਪ ਹੋ ਰਿਹਾ ਹੈ ਬਸ ਨਿਜਮ ਬੜੇ ਹੋਆ ਨਿਜਮ ਦੇ ਤਹਿਤ ਹੋ ਰਿਹਾ ਹੈ ਠੀਕ ਹੈ ਜਿੱਥੇ ਨਿਜਮ ਭੰਗ ਹੋ ਗਿਆ ਉੱਥੇ ਕਿਸੇ ਨਾਲ ਕੋਈ ਨਹੀਂ ਜੇ ਤਵੀ ਤੇ ਬਹਿਣ ਲਗਾ ਜਿੱਥੇ ਰਾਮਰਾਏ ਜਾ ਕੇ ਡੋਲਿਆ ਜਿੱਥੇ ਪ੍ਰਥੀਚੰਦ ਡੋਲਿਆ ਜੇ ਉੱਥੇ ਗੁਰੂ ਅਰਜਨ ਪਾਤਸ਼ਾਹ ਦੇ ਮਨ ਚ ਕੋ ਦੂਜਾ ਤੀਜਾ ਖਿਆਲ ਆ ਜਾਂਦਾ ਬੱਚੇ ਦਾ ਆ ਜਾਂਦਾ ਕੋਈ ਹੋਰ ਆ ਜਾਂਦਾ ਕੌਮ ਦਾ ਆ ਜਾਂਦਾ ਉਹ ਵੀ ਉਸੇ ਕਤਾਰ 'ਚ ਖੜ ਜਾਣਾ ਸੀ ਖਤਮਿਆ ਘਾੜੀ ਇਹ ਕੋਈ RAM RAI ਬੇਸ਼ੱਕ ਕਿੰਨਾ ਵੀ ਗਲਤ ਹੋਵੇ ਜਿੱਥੇ ਜਾ ਕੇ ਖੜ ਗਿਆ ਸਟੈਂਡ ਲੈ ਗਿਆ ਉਹ ਵੀ ਉਸੇ ਲਾਈਨ 'ਚ ਆ ਜਾਣਾ ਸੁਵੇਗ ਸਿੰਘ ਸ਼ਾਵਾਦ ਸਿੰਘ ਵਰਗੇ ਬਾਦਸ਼ਾਹਾਂ ਦੀਆਂ ਮੁਗਲਾਂ ਦੀਆਂ ਨੌਕਰੀਆਂ ਕਰਦੇ ਸੀ ਜਿੱਥੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਨਾ ਉੱਥੇ ਟੁੱਕੜ ਖਾਂਦੇ ਸੀ ਜਾ ਕੇ ਉਹ ਪਰ ਇੱਕ ਉਹ ਜਿਹੜਾ ਸ਼ਿਮ ਸੀ ਨਾ ਇੱਕ ਪਾਲਸੀ ਜਿਹੜਾ ਐਦਾਂ ਉੱਥੇ ਜਾ ਕੇ ਖੜ ਗਿਆ ਇਹ ਤੇ ਨਹੀਂ ਖਤਮ ਖਾਣੀ ਬਸ ਉਸੇ ਕਤਾਰ ਚ ਮੁੜ ਕੇ ਫਿਰਸ ਤੇ ਦੂਜੇ ਪਾਸੇ ਆ ਗਏ ਕਈ ਉਹ ਆ ਜਿਹੜੇ 20 20 30 30 ਸਾਲ ਵਫਾਦਾਰੀਆਂ ਕਰਦੇ ਆ ਪਰ ਜਦੋਂ ਪਲ ਆਉਂਦਾ ਜਦੋਂ ਸ਼ਣ ਆਉਂਦਾ ਆ ਉੱਥੇ ਡੋਲ ਜਾਂਦੇ ਤੇ ਹਰ ਵੇਲੇ ਸਵਾਸ ਸਵਾਸ ਸਿਮਰਨ ਦਾ ਅਰਥ ਇਹੀ ਆ ਕਿ ਪਤਾ ਨਹੀਂ ਕਿਹੜਾ ਸਾਹ ਆਖਰੀ ਹੋਣਾ ਇੱਕ ਬੰਦਾ 20 ਸਾਲ ਮੋਟਰਵੇ ਤੇ ਸੜਕ ਤੇ ਗੱਡੀ ਚਲਾਉਂਦਾ ਟਰੱਕ ਚਲਾਉਂਦਾ ਆ ਸਾਰੇ ਨਿਯਮਾਂ ਦੇ ਤਹਿਤ ਸਾਰਾ ਕੁਝ ਕਰਦਾ ਆ ਠੀਕ ਹੈ ਇੱਕ ਦਿਨ ਅਚਾਨਕ ਕਿਤੇ ਦੂਰ ਪੁਲਿਸ ਵਾਲਾ ਇਦਾਂ ਕੈਮਰਾ ਲੈ ਕੇ ਖੜਾ ਆ ਜਦੋਂ ਉਹਦੀ ਸੂਈ 5 ਕਿਲੋਮੀਟਰ ਵੀ ਉੱਤੇ ਗਈ ਇਦਾਂ ਉੱਥੇ ਰੋਕ ਲਿਆਨ ਫੜ ਲਿਆ ਬੰਦਾ ਕਹੇ 40 ਸਾਲ ਹੋ ਗਿਆ ਚਲਾਉਂਦੇ ਨੂੰ ਸਾਰ ਕਦੇ ਨਹੀਂ ਹੋਇਆ ਇਦਾਂ ਪਹਿਲੀ ਵਾਰ ਹੋਇਆ ਕਹਿੰਦਾ ਨਹੀਂ ਇਦਾਂ ਨਹੀਂ ਇੱਥੇ ਲਿਮਟ 60 ਦੀ ਸੀ ਤੇਰੀ ਗੱਡੀ 65 ਦੇ ਉੱਤੇ ਆਇਆ ਜੇ ਚੈਲੰਜ ਕਰਨਾ ਤੇ 28 ਦੇਣਾ ਤੇਰੇ ਕੋਲ ਕੋਟਾ ਚਾਕੇ ਕਰ ਲੈ ਬਸ ਉਹ ਪਲ ਜਿਹੜਾ ਸੀ ਸ਼ਿਨ ਜਿਹੜਾ ਸੀ ਨਾ ਜਦੋਂ ਕੈਮਰਾ ਲਾ ਕੇ ਬੈਠਾ ਸੀ ਉਹ ਲੰਘ ਜਾਂਦਾ ਜੇ ਠੀਕ ਸੀ ਬਸ ਹੋ ਕਹਿਣ ਦੀ ਲੋੜ ਹੀ ਨਹੀਂ ਹੈਗੀ ਬੇਸ਼ੱਕ ਤੁਸੀਂ ਤੀਜੇ ਚੌਥੇ ਨਾਕੇ ਤੇ ਲੈ ਕੇ ਟਿਕਟਾਂ ਕਈ ਹੋਣੇ ਆ ਜਿੱਥੇ ਜਿਸ ਮੂਮੈਂਟ ਉਸ ਬੰਦੇ ਨੂੰ ਜਨ 40 ਸਾਲਾਂ ਚ ਗਲਤੀ ਨਹੀਂ ਕੀਤੀ ਉਹਨੂੰ 60 ਤੋਂ 65 ਗਏ ਤੇ ਟਿਕਟ ਮਿਲੀ ਹੋਣੀ ਆ ਉਸ ਛਣ ਕਈ ਉਹ ਬੰਦੇ ਨੰਗਾ ਹੈ ਹੋਣੇ ਆ ਜਿਨ੍ਹਾਂ ਨੂੰ ਹਰੇਕ ਮਹੀਨੇ ਹਰੇਕ ਹਫ਼ਤੇ ਮਿਲਦੀ ਆ ਕਿਉਂਕਿ ਉਸ ਪਲ ਜਦੋਂ ਉਹ ਬੈਠਾ ਸੀ ਕੈਮਰਾ ਲੈ ਕੇ ਉਦੋਂ ਲਿਮਟ ਦੇ ਵਿੱਚ ਨੰਗਾ ਹੈ ਅੰਡਰ ਲੰਗਾ ਹੈ ਫੇਰ ਤੇ ਸਾਡੇ ਅੰਦਰ ਵੀ ਅਜਾਸੀ ਨਿਕਲਣਾ ਆ ਫੇਰ ਸਾਡੇ ਨਾਲ ਵੀ ਬੰਦਾ ਸਿੰਘ ਬਹਾਦਰ ਵਾਲੀ ਹੋ ਜਾਣੀ ਹੈ ਕਿੰਨੇ ਆ ਇਤਿਹਾਸ ਨੇ ਥੋੜੇ ਨਾਂ ਆ ਜਿਹੜੇ ਦਿੱਤੇ ਆ ਸਾਨੂੰ ਪਰ ਸਮਾਜ ਕਿਤੇ ਇੰਨੇ ਲੋਕਾਂ ਕਰਕੇ ਸੋਣਾ ਨਹੀਂ 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 ਬਹੁਤ ਆ ਜਿਹੜੇ ਹੋਏ ਹੋਣੇ ਬਹੁਤ ਆ ਜਿਨ੍ਹਾਂ ਨੇ ਵਾਕਿਆ ਨੂੰ ਮੋਟੀਵੇਟ ਕੀਤਾ ਹੋਣਾ ਕਰ ਕਰਕੇ ਜਿਨ੍ਹਾਂ ਨੂੰ ਤੂੰ ਪ੍ਰੇਰਣਾ ਮਿਲੀ ਹੋਣੀ ਆ ਦੁਨੀਆ ਨੂੰ ਪਤਾ ਹੀ ਨਹੀਂ ਸਾਨੂੰ ਦੂਜਿਆਂ ਨੂੰ ਪਤਾ ਲੱਗੇ ਦੂਜੇ ਕਿੰਨਾ ਜਾਣਦੇ ਆ ਸਾਨੂੰ ਇਹ ਗੱਲ ਮਹਿਨਾ ਨਹੀਂ ਰੱਖਦੀ ਅਸੀਂ ਆਪਣੇ ਆਪ ਨਾਲ ਕਿੰਨੇ ਇਮਾਨਦਾਰ ਆ ਉਹ ਮਹਿਨਾ ਰੱਖਦੀ ਆ ਜਿੱਦਾਂ ਪੰਜਵੇਂ ਪਾਸ਼ਾ ਜਹਾਂਗੀਰ ਦੀ ਪੁਖਾਈ ਹੋਈ ਤਵੀ ਤੇ ਬਹਿ ਕੇ ਸਫਲ ਹੋਇਆ ਉਹ ਉਹਦੇ ਚ ਇਹ ਨਹੀਂ ਗਿਣਿਆ ਗਿਆ ਕਿ ਉਹਨਾਂ ਨੂੰ ਜਾਣਿਆ ਕਿੰਨਿਆਂ ਨੇ ਆ ਜਾਣਨ ਤਾਂ ਬਾਅਦ ਚ ਲੱਗਿਆ ਸ਼ਵੀਲਾ ਤਾਂ ਹੁਣ ਅਸੀਂ ਆ ਗੁਰਪੁਰਬ ਤਾਂ ਬਾਅਦ ਚ ਮਨਾਉਣ ਲੱਗੇ ਆ ਉਹਦਾ ਥੋੜੀ ਹਿੱਸਾ ਹੈ ਕੋਈ ਉਹ ਤਾਂ ਉਹਨਾਂ ਦੇ ਕੱਲਿਆਂ ਦੀ ਖੇਡ ਸੀ ਆਪਣੇ ਆਪ ਨਾਲ ਇਮਾਨਦਾਰ ਸੀ ਉਹ ਜਿੱਦਣ ਉਹ ਹੁਮਗ ਜਿਹੜੇ ਇਹ ਕਹਿੰਦੇ ਜਿਹੜੇ ਬੀਜ ਇਹ ਕਹਿੰਦੇ ਨਾ ਵੀ ਮੈਨੂੰ ਪਤਾ ਤਾਂ ਲੱਗ ਜਾ ਕਿੰਨੇ ਜਣੇ ਦੇਖਦੇ ਆ ਮੈਨੂੰ ਕਿੱਡਾ ਖੋਇਆ ਮੈਂ ਉਹ ਦਰਖਤ ਨਹੀਂ ਬਣਦੇ ਤੁਹਾਨੂੰ ਬਸ ਜਿੱਦਾਂ ਦੀ ਧਰਤੀ ਆ ਨਾ ਜਿਹੜੀ ਉਪਜਾਊ ਧਰਤੀ ਆ ਜਦੋਂ ਰੁੱਤ ਆ ਜਦੋਂ ਸਹੀ ਵੱਤਰ ਆ ਉਸ ਵੇਲੇ ਬੀਜ ਹੋ ਜਾਣਾ ਚਾਹੀਦਾ ਔਰ ਜਿੱਥੇ ਬੀਜ ਹੋ ਗਏ ਆ ਉੱਥੇ ਸਿਰ ਸਿੱਟ ਕੇ ਬਹਿ ਜਾਣਾ ਚਾਹੀਦਾ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆਪਣੇ ਫਰਜ਼ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਜਿੱਦਣ ਉਹ ਹੋਇਆ ਉਦਣ ਜਖਤ ਬਣਦਿਆਂ ਨੂੰ ਦੇਰੀ ਨਹੀਂ ਲੱਗਣੀ ਔਰ ਉਸ ਦਰਖਤ ਰਾਹੀਂ ਮੁੜ ਕੇ ਕਿੰਨੇ ਬੀਜ ਬਣਨੇ ਆ ਉਹਨਾਂ ਚੋਂ ਕਿੰਨਿਆਂ ਨੇ ਫੇਰ ਦਰਖਤ ਬਣ ਜਾਣਾ ਕਦੋਂ ਤੁਸੀਂ ਬਾਗ ਦਾ ਹਿੱਸਾ ਬਣ ਜਾਣਾ ਕੁਛ ਨਹੀਂ ਪਤਾ ਲੱਗਣਾ ਸਾਰਾ ਕੁਝ ਸਾਡੇ ਆਪਣੇ ਤੇ ਆਪਣੇ ਆਪ ਤੋਂ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਜਿਹੜਾ ਪੈਸ਼ਨ ਜਿਹੜੀ એનર્ਜੀ ਜਿਹੜਾ ਜਜ਼ਬਾ ਲੈ ਕੇ ਮੈਂ ਤੁਰਿਆ ਆ ਉਹ ਅੰਦਰੋਂ ਖਤਮ ਨਾ ਹੋ ਜਾ ਕਿਤੇ ਅੰਦਰੋਂ ਮੁੱਕ ਨਾ ਜਾਵੇ ਬਾਰੂ ਉਨਾ ਕਰੀਏ ਜਿੰਨੀ ਹਿੰਮਤ ਹੈ ਸਾਡੀ ਜਿੰਨਾ ਕਰ ਸਕਦੇ ਆ ਟੁੱਟ ਨਾ ਜਾਈਏ ਬਾਹਰੋਂ ਅੰਦਰਲਾ ਕੈਮਰਾ ਹੈ ਫਿਰ ਉਹ ਪਲ ਉਹ ਛਣ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਕਈ ਪ੍ਰਥੀ ਚੰਦ ਵਰਗੇ ਬਾਹਰੋਂ ਕਰਦੇ 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 ਇੰਨਾ ਥੱਕ ਜਾਂਦੇ ਆ ਜਦੋਂ ਉਹ ਪਲ ਆਉਂਦਾ ਆ ਨਾ ਉਦੋਂ ਓਵਰ ਸਪੀਡ ਹੋਏ ਹੁੰਦੇ ਆ ਜਦੋਂ ਕੈਮਰੇ ਵਾਲਾ ਖੜਾ ਹੁੰਦਾ ਆ ਉਦੋਂ 60 ਦੀ ਲਿਮਟ ਤੇ 65 ਤੇ ਜਾ ਰਹੇ ਹੁੰਦੇ ਆ ਅਗਲਾ ਕਹਿੰਦਾ ਖੜ ਜਾ ਇੱਥੇ ਲੇਨ ਤੋਂ ਬਾਹਰ ਹੋ ਜਾ ਠੀਕ ਹੈ ਕਈ ਜਿਆਦਾ ਜਿਆਦਾ ਨਿਕਲ ਜਾਂਦੇ ਉਹ ਕਹਿੰਦਾ ਕਹਿੰਦਾ ਰੋਕ ਇੱਥੇ ਚਾਬੀਆਂ ਫੜਾਵੇਂ ਨੂੰ ਫੋਨ ਹੈ ਨਹੀਂ ਤਾਂ ਲੈ ਮੇਰੇ ਕੋਲ ਲੈ ਲੈ ਫੋਨ ਟੈਕਸੀ ਨੂੰ ਫੋਨ ਕਰ ਲੈ ਘਰ ਵਾਲੀ ਨੂੰ ਕਰ ਲੈ ਤੈਨੂੰ ਲੈ ਜਵੇ ਇੱਥੇ 6 ਮਹੀਨੇ ਗੱਡੀ ਨਹੀਂ ਚਲਾ ਸਕਦਾ ਤੂੰ ਬਸ ਉਹ ਪਲ ਜਿਹੜਾ ਇੱਕ ਛਿਣ ਹੈ ਨਾ ਇੱਕ ਮੂਮੈਂਟ ਹੈ ਜਿਹੜਾ ਉਹ 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 ਲੰਗਾਉਣਾ ਤੁਸੀਂ ਉਹਦੇ ਲਈ ਤਿਆਰ ਰਹਿਣਾ ਤੁਸੀਂ ਪਤਾ ਨਹੀਂ ਕਿਹੜੇ ਮਿਲਿਆ ਜਾਣਾ ਅੰਦਰੋਂ ਸੌਚੋਂ ਸੌ ਹੁਣਾ ਮੈਂ ਜਾਣੀ ਜਦੋਂ ਪਲ ਮੇਰੇ ਤੇ ਆਇਆ ਨਾ ਮੈਂ ਵੀ ਬੰਦਾ ਸਿੰਘ ਬਹਾਦਰਾਂਗੇ ਦੰਡ ਟਟੂਗਾ ਔਰ ਇਹ ਨਹੀਂ ਪਤਾ ਲੱਗਣਾ ਕਿਸੇ ਨੇ ਜ਼ਰੂਰੀ ਨਹੀਂ ਹੈਗਾ ਤੁਸੀਂ ਜੇ ਤਾਂ ਕੋਟਾ ਲਾ ਕੇ ਰੱਖੋਗੇ ਨਾ ਪੈ ਇਦਾਂ ਨਾਮ ਦੇ ਵਾਂਗ ਮੈਨੂੰ ਕੋ ਕਹੂਗਾ ਪੈ ਤੂੰ ਇਦਾਂ ਤੂੰ ਰਾਮ ਰਾਮ ਕਹਿਣਾ ਛੱਡ ਦੇ ਠੀਕ ਹੈ ਅੱਲਾ ਅੱਲਾ ਜਾਂ ਕਬੀਰ ਸਾਹਾ ਵਾਂਗ ਮੈਨੂੰ ਮੇਰੇ ਤੇ ਆਹ ਕਸਵੱਟੀ ਲੱਗੂਗੀ ਜਾਂ ਅਰਵਦਾਸ ਸਾੰਗ ਆ ਲੱਗੂਗੀ ਜਾਂ ਬੰਦਾ ਸਿੰਘ ਬਹਾਦਰਾਂ ਏਦਾਂ ਮੇਰੇ ਬੱਚੇ ਦਾ ਕਲੇਜਾ ਕੱਢ ਕੇ ਮੂੰਹ 'ਚ ਪਾਉਗੇ ਬੰਦਾ ਲੈ ਕੇ ਬੱਕਰੀ ਰੱਖ ਦੇ ਕਿਸ ਦਾ ਕਲੇਜੀਆਂ ਕੱਚੀਆਂ ਖਾਂਦਾ ਰਹੇ ਤੇ ਏਦਾਂ ਮੂੰਹ ਦਾ ਟੇਸਟ ਬਣਾ ਲਮਾ ਇੱਕ ਵਾਰੀ ਪਸਪੇ ਉਲਟੀ ਨਾ ਜਾ ਕੇ ਤੇ ਏਦਾਂ ਠੀਕ ਹੈ ਏਦਾਂ ਨਹੀਂ ਹੋਣਾ ਕਾਪੀ ਕਰਕੇ ਨਹੀਂ ਤਿਆਰੀ ਨਾਲ ਨਹੀਂ ਮੈਂ ਕਿਹਾ ਇਨਕਲਾਬ ਫਾਰਮੂਲਿਆਂ ਨਾਲ ਨਹੀਂ ਆਉਂਦੇ ਕੋਈ ਫਾਰਮੂਲਾ ਨਹੀਂ ਇਹਦਾਗਾ ਪਤਾ ਨਹੀਂ ਕਿਹੜੇ ਵੇਲੇ ਕਿਸ ਅੰਦਾਜ਼ ਦੇ ਵਿੱਚ ਆਉਣ ਆਇਆ ਉਹਨੇ ਪੰਜਵੇਂ ਪਾਸ਼ਾ ਤਵੀ ਤੇ ਬੈਠੇ ਆ ਨੌਵੇਂ ਪਾਸ਼ਾ ਦਾ ਸੀਸ ਲੱਥਾਇਆ ਸਹਬਜ਼ਾਦੇ ਨੀਅਾਂ ਚ ਜਣੇ ਗਏ ਆ ਚਮਕੌਰ ਦੀ ਗੜੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਸ਼ਹੀਦ ਹੋਇਆ ਕੋਈ ਕਿਸੇ ਤਰ੍ਹਾਂ ਹੋਇਆ ਪਰ ਸਾਡੇ ਲਈ ਕੀਮਤ ਗੁਰੂ ਨਾਨਕ ਪਾਸ਼ਾ ਦੀ ਵੀ ਉਨੀ ਆ 8ਵੇਂ ਪਾਸ਼ਾ ਬਿਮਾਰੀ ਦੇ ਨਾਲ ਚੜ੍ਹਾਈ ਕਰ ਗਿਆ ਉਹਨਾਂ ਦੀ ਵੀ ਉਨੀ ਆ ਕਿ ਉਹ ਹਰ ਮੂਮੈਂਟ ਹਰ ਪਲ ਇਦਾਂ ਜੀਏ ਆ ਕਿ ਜਦੋਂ ਉਹ ਪਲ ਆਊਗਾ ਨਾ ਮੈਂ ਉਹਦੇ ਲਈ ਤਿਆਰ ਹਾਂ ਔਰ ਤਿਆਰ ਰਹੇ ਆ ਉਹ ਥੱਕੇ ਨਹੀਂ ਢੋਲੇ ਨਹੀਂ ਘਬराई ਨਹੀਂ ਅੰਦਰੋਂ ਆਪਣੇ ਪੈਸ਼ਨ ਨਹੀਂ ਮਰਦੇ